ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀ ਵੀ ਅਤੇ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ। ਅੱਜ ਦੇ ਵਿਸ਼ੇਸ਼ ਬੁਲੇਟਿਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ 'ਤੇ। ਕੈਨੇਡਾ 'ਚ ਵਿਦੇਸ਼ੀਆਂ ਨੂੰ ਝਟਕਾ, ਟਰੂਡੋ ਨੇ ਜਾਇਦਾਦ ਖਰੀਦਣ 'ਤੇ ਲਗਾਈ ਪਾਬੰਦੀ। ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮਿਲਿਆ ਬੰਬ। ਮੈਡੀਕਲ ਕਾਲਜ ਸੰਬੰਧੀ ਸ਼੍ਰੋਮਣੀ ਕਮੇਟੀ 'ਤੇ ਰੋਕਾਂ ਲਗਾਉਣ ਦੇ ਇਲਜ਼ਾਮਾਂ ਨੂੰ ਐਡਵੋਕੇਟ ਧਾਮੀ ਨੇ ਕੀਤਾ ਖਾਰਜ। ਨੋਟਬੰਦੀ ਸਹੀ ਫੈਸਲਾ, ਸੁਪਰੀਮ ਕੋਰਟ ਨੇ ਕਿਹਾ। ਰਾਸ਼ਟਰੀ ਹਿੱਤ 'ਚ ਸੀ ਨੋਟਬੰਦੀ, ਰਾਹੁਲ ਗਾਂਧੀ ਮੁਆਫ਼ੀ ਮੰਗੇ ਭਾਜਪਾ। ਹੁਣ ਖਬਰਾਂ ਵਿਸਥਾਰ 'ਚ। ਕੈਨੇਡਾ ਦੀ ਜਸਟਿਸ ਟਰੂਡੋ ਸਰਕਾਰ ਨੇ ਨਵੇਂ ਸਾਲ 'ਤੇ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਭਾਰਤੀਆਂ ਦੇ ਨਾਲ ਨਾਲ ਹੁਣ ਕੈਨੇਡਾ ਗਿਆ ਕੋਈ ਵੀ ਵਿਦੇਸ਼ੀ ਵੀ ਉੱਥੇ ਜਾਇਦਾਦ ਨਹੀਂ ਖਰੀਦ ਸਕੇਗਾ। ਜ਼ਿਕਰਯੋਗ ਹੈ ਕਿ ਕੈਨੇਡਾ ਨੇ ਉਹਨਾਂ ਲੋਕਾਂ ਨੂੰ ਵੀ ਝਟਕਾ ਦਿੱਤਾ ਜਿਨ੍ਹਾਂ ਨੇ ਪਹਿਲਾਂ ਸਟੱਡੀ ਅਤੇ PR ਵੀਜ਼ਿਆਂ ਲਈ ਅਪਲਾਈ ਕੀਤਾ ਸੀ ਅਤੇ ਪਿਛਲੇ ਸਾਲ ਵੱਡੀ ਗਿਣਤੀ ਵਿੱਚ ਵੀਜ਼ੇ ਰੱਦ ਕਰ ਦਿੱਤੇ ਗਏ ਸਨ। ਦਰਅਸਲ ਰਿਹਾਇਸ਼ ਦੀ ਘਾਟ ਦਾ ਸਾਹਮਣਾ ਕਰਦੇ ਹੋਏ ਕੈਨੇਡਾ ਨੇ ਵਿਦੇਸ਼ੀਆਂ ਨੂੰ ਰਿਹਾਇਸ਼ੀ ਜਾਇਦਾਦ ਖਰੀਦਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸ਼ੁਰੂ ਹੋ ਗਈ ਸੀ। ਇਸ ਨਿਯਮ ਨੂੰ ਲਾਗੂ ਕਰਨ ਦੇ ਨਾਲ ਨਾਲ ਕੈਨੇਡੀਅਨ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀ ਸਿਰਫ ਸ਼ਹਿਰ ਦੀਆਂ ਰਿਹਾਇਸ਼ਾਂ 'ਤੇ ਹੀ ਲਾਗੂ ਹੋਵੇਗੀ। ਇਹ ਪਾਬੰਦੀ ਸਮਰ ਕਾਟੇਜ ਵਰਗੀਆਂ ਜਾਇਦਾਦਾਂ 'ਤੇ ਲਾਗੂ ਨਹੀਂ ਹੋਵੇਗੀ। ਚੰਡੀਗੜ੍ਹ ਦੇ ਸੈਕਟਰ 2 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਤੋਂ ਕੁਝ ਦੂਰੀ 'ਤੇ ਪਾਰਕ 'ਚ ਬੰਬ ਦਾ ਜ਼ਿੰਦਾ ਖੋਲ ਮਿਲਿਆ। ਜਿਸ ਥਾਂ 'ਤੇ ਬੰਬ ਦਾ ਖੋਲ ਮਿਲਿਆ ਹੈ ਉਸ ਤੋਂ ਕੁਝ ਦੂਰੀ 'ਤੇ ਇੱਕ ਹੈਲੀਪੈਡ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰਦਾ ਹੈ। ਬੰਬ ਮਿਲਣ ਦੀ ਖਬਰ ਨਾਲ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਚੰਡੀਗੜ੍ਹ ਪੁਲਿਸ, ਬੰਬ ਸਕੁਐਡ ਅਤੇ ਡੌਗ ਸਕੁਐਡ ਦੀਆਂ ਟੀਮਾਂ ਨੂੰ ਮੌਕੇ 'ਤੇ ਬੁਲਾਇਆ ਗਿਆ। ਬੰਬ ਨੂੰ ਹਰ ਪਾਸਿਓਂ ਢੱਕ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਚੰਡੀ ਮੰਦਰ 'ਚ ਫੌਜ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਕੱਲ੍ਹ ਸੰਗਰੂਰ ਵਿਖੇ ਮੈਡੀਕਲ ਕਾਲਜ ਸੰਬੰਧੀ ਸ਼੍ਰੋਮਣੀ ਕਮੇਟੀ 'ਤੇ ਰੋਕਾਂ ਲਗਾਉਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ 1925 ਤਹਿਤ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਦੀ ਦੇਖਰੇਖ ਕਰਦੀ ਹੈ ਅਤੇ ਗੁਰਦੁਆਰਾ ਅੰਗੀਠਾ ਸਾਹਿਬ, ਅਕਾਲਸਰ ਮਸਤਵਾਣਾ ਪੰਜਾਬ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ ਦੇ ਸੈਕਸ਼ਨ 7-3 ਤਹਿਤ 4 ਸਤੰਬਰ 1964 ਨੂੰ ਨੋਟੀਫਾਈਡ ਹੋਇਆ ਜਿਸ ਦੇ ਪ੍ਰਬੰਧ ਅਤੇ ਜਾਇਦਾਦ ਦੀ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿਖੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਵੀ ਅਤੇ ਇੱਕ ਪਬਲਿਕ ਮੀਟਿੰਗ ਦੇ ਵਿੱਚ ਵੀ ਇਹ ਇੱਕ ਬਲੇਮ ਲਾਇਆ ਕਿ ਅੰਗੀਠਾ ਸਾਹਿਬ ਮਸਤਵਾਣਾ ਵਿਖੇ ਜਿਹੜਾ 25 ਏਕੜ ਦੇ ਵਿੱਚ ਸਰਕਾਰੀ ਹੌਸਪੀਟਲ ਬਣ ਜਾ ਰਿਹਾ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਕ ਲਾਈ ਗਈ ਅਤੇ ਸਟੇ ਲੈ ਲਿਆ ਗਿਆ। ਮੈਂ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਸੁਨਿਮਰ ਬੇਨਤੀ ਕਰਦਾ ਕਿ ਉਹ ਸੰਗਰੂਰ ਦੇ ਰਹਿਣ ਵਾਲੇ ਆ, ਉੱਥੋਂ 2 ਵਾਰੀ ਪਾਰਲੀਮੈਂਟ ਦੇ ਮੈਂਬਰ ਬਣੇ, ਉੱਥੋਂ ਹੀ MLA ਬਣੇ ਅਤੇ ਮੁੱਖ ਮੰਤਰੀ ਵੀ ਆ ਮੌਜੂਦਾ, ਅਤੇ ਉਹਨਾਂ ਨੂੰ ਸੰਗਰੂਰ ਦੇ ਚੱਪੇ ਚੱਪੇ ਬਾਰੇ ਭੇਤ ਚਾਹੀਦਾ ਅਤੇ ਭੇਤ ਹੈ ਉਹਨਾਂ ਨੂੰ। ਇਹ ਪਤਾ ਸੀ ਉਹਨਾਂ ਨੂੰ ਕਿ ਮਸਤੂਆਣੇ ਅੰਗੀਠਾ ਸਾਹਿਬ ਜਿਹੜਾ ਗੁਰਦੁਆਰਾ, ਇਹਦਾ ਝਗੜਾ ਲੰਬੇ ਅਰਸੇ ਦਾ ਝਗੜਾ ਨਾ ਕਹਿ ਲਵਾਂ, ਨੋਟੀਫਿਕੇਸ਼ਨ ਜਿਹੜੀ ਸਰਕਾਰ ਨੇ ਕੀਤੀ ਸੀ ਉਹਦਾ ਡਿਸਪਿਊਟ ਚੱਲ ਰਿਹਾ। ਪਰ ਇਹਦੇ ਬਾਵਜੂਦ ਵੀ ਉਹਨੇ ਕੱਲ੍ਹ ਪਬਲਿਕਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਜਿਹੜੇ ਦੋਸ਼ ਲਾਏ ਆ ਉਹ ਸਰਾਸਰ ਮੈਂ ਉਹਨਾਂ ਨੂੰ ਸਿਰੇ ਤੋਂ ਹੀ ਖਾਰਜ ਕਰਦਾ ਅਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਸਾਰਾ ਪੱਖ ਵੀ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਤਾਂ ਕਿ ਲੋਕਾਂ ਦੇ ਵਿੱਚ ਸਾਫ਼ ਸ਼ੀਸ਼ੇ ਵਾਂਗਰ ਸਾਰੀ ਜਿਹੜੀ ਉਹ ਪੁਜੀਸ਼ਨ ਜਾਂ ਸਿਚੁਏਸ਼ਨ ਜਿਹੜੀ ਸਾਹਮਣੇ ਆ ਸਕੇ। ਸੁਪਰੀਮ ਕੋਰਟ ਨੇ 2016 ਵਿੱਚ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਸੁਪਰੀਮ ਕੋਰਟ ਨੇ ਅੱਜ ਇਸ ਮਾਮਲੇ 'ਚ ਆਪਣਾ ਫੈਸਲਾ ਸੁਣਾਉਂਦੇ ਹੋਏ ਨੋਟਬੰਦੀ ਵਿਰੁੱਧ ਦਾਇਰ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ। 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ 2016 ਵਿੱਚ 500 ਅਤੇ 1000 ਦੇ ਨੋਟਾਂ 'ਤੇ ਪਾਬੰਦੀ ਲਗਾਉਣ ਦਾ ਜੋ ਫੈਸਲਾ ਲਿਆ ਗਿਆ ਸੀ ਉਹ ਕਾਰਜਪਾਲਿਕਾ ਦੀ ਆਰਥਿਕ ਨੀਤੀ ਸੀ, ਇਸ ਨੂੰ ਹੁਣ ਉਲਟਾਇਆ ਨਹੀਂ ਜਾ ਸਕਦਾ। ਜੋ
खबरें आ रही हैं उसके मुताबिक सुप्रीम कोर्ट का जो फैसला है वो यही है कि जो सरकार का निर्णय था डिमोनेटाइजेशन के मुतल्लिक वो एक आर्थिक नीति का के मुतल्लिक डिसीजन था और वो डिसीजन संविधान की मर्यादा के अनुकूल है, इसलिए सुप्रीम कोर्ट ने इसको वैध ठहराया है। ये बहुत अहम मुद्दा था, इस पर बहुत अहम कानूनी नुक्ते पेश किए गए थे। कोर्ट ने अपने विचार और विवेक के मुताबिक जो फैसला किया है अब उस फैसले को स्वीकार करना होगा। और एक बात मैं मानता हूँ कहीं ना कहीं यही भी कोर्ट के सामने रही होगी ज़रूर कि अब 6 साल के बाद इस फैसले में जो पॉइंट्स हैं वो अब एकेडेमिक हो गए हैं, ये कहा भी था मगर उन्होंने फैसला किया है। सुप्रीम कोर्ट वालों नोटबंदी ते मोदी सरकार दे फैसले नूं क्लीन चिट दित्ते जाण तों बाद भाजपा ने कांग्रेस ते हमला बोलिया है। भाजपा दे संसद मैंबर रवि शंकर प्रसाद ने कहा है कि सुप्रीम कोर्ट दे अज दे फैसले ने कांग्रेस दे सारे दोषां नूं बेबुनियाद साबित कर दिता। उन्हां कहा है कि कांग्रेस ने नोटबंदी विरुद्ध हंगामा कीता सी पर सुप्रीम कोर्ट ने दस्सिया है कि यह फैसला RBI नाल विचार वटांदरे तों बाद लिया गया है। उन्हां कहा है कि राहुल गांधी नूं माफी मंगनी चाहिए है। जजमेंट फाइनली तो अपलोड अभी होना बाकी है, लेकिन जो हम लोगों ने मालूम किया है उसके आधार पर 2-3 बातें बड़े विश्वास के साथ कही जा सकती हैं। पहला कि दिस होल एक्सरसाइज वॉज डन फॉर ए वैलिड कॉज, नेमली रिमूविंग फेक करेंसी, कंटेनिंग टेरर फंडिंग, ब्लैक मार्केटिंग एक्सेट्रा। ये पूरी नीति टेरर फंडिंग, फेक करेंसी को रोकने के लिए और आपके मनी लॉन्ड्रिंग एक्सेट्रा, ब्लैक मार्केटिंग को रोकने के लिए की गई थी और ये उद्देश्य सही है और गवर्नमेंट ये पॉलिसी डिसीजन ले सकती है, उसको लेने का अधिकार है। दूसरी बात जो कही गई थी कि RBI से कोई कंसल्टेशन नहीं हुआ, बाकी नहीं हुआ, कोर्ट ने उसको भी रिजेक्ट किया और कहा कि RBI से कंसल्टेशन हुआ था, स्वयं RBI ने कोर्ट के सामने अपने वकील के द्वारा हुआ कि एक कंसल्टेशन हुआ था और कोर्ट ने यह भी कहा कि रिजर्व बैंक ऑफ इंडिया एक्ट के सेक्शन 26(2) में का भी कोई वायलेशन नहीं है। ये इन सम एंड सब्सटेंस, और आपको मालूम है कि कोर्ट ने पूरे डिसीजन मेकिंग प्रोसेस को भी देखने की इच्छा जाहिर की थी तो सील्ड कवर में वो भी दिया गया था। इसका मतलब यह हुआ कि कोर्ट ने पूरे डिसीजन मेकिंग प्रोसेस को सही पाया। उसका सेक्शन 26(2) यह फैसला सिर्फ उस पर केंद्रित था कि उसकी कोई अवहेलना नहीं हुई, उसका पालन हुआ गया। अलावा इसके माननीय सर्वोच्च न्यायालय ने न इस पर कोई टिप्पणी की कि क्या नोटबंदी से आतंकवाद कम हुआ, क्या नोटबंदी से जो करेंसी सर्कुलेशन में थी, काला धन सर्कुलेशन में था, क्या वो कम हुआ। इस सब पर कहीं कोई एक शब्द भी इस निर्णय में नहीं है। तो यह कह देना कि माननीय सर्वोच्च न्यायालय ने नोटबंदी को सही ठहराया है, मुझे लगता है गलत होगा। नोटबंदी के फैसले की प्रक्रिया को सही ठहराया है, फैसले पर कोई टिप्पणी माननीय सर्वोच्च न्यायालय ने नहीं की है। यह स्पष्ट फर्क हम लोगों के दिमाग में रहना चाहिए। जो सुबह से चलाने की कोशिश की जा रही है सरकार द्वारा कि नोटबंदी जीत गई, नोटबंदी को सही ठहरा दिया गया माननीय सर्वोच्च न्यायालय द्वारा, ये बिल्कुल गलत है। जिन 4 जजिस ने इस प्रक्रिया को भी सही ठहराया है उन तक ने इसके परिणाम पर कोई टिप्पणी नहीं की है, यह बात हमें स्पष्ट तौर पर समझ लेनी चाहिए। हमारी आपत्ति, इस देश की आपत्ति परिणाम पर थी कि नोटबंदी से हुआ क्या, इस देश को क्या हासिल हुआ। जो MSME सेक्टर है वो तबाह हो गया, लाखों लोगों की नौकरियां गई और लोगों को जो कई लोगों की मौतें भी हुई, तो जो मुसीबतें लोगों ने झेली और आज तक जो अर्थव्यवस्था लड़खड़ाई हुई है उस पर कोई टिप्पणी किसी भी जज ने माननीय सर्वोच्च न्यायालय के आज के निर्णय में नहीं की।
पंज किसान जथेबंदियां भारतीय किसान यूनियन राजीवाल ऑल इंडिया किसान फेडरेशन किसान संघर्ष कमेटी पंजाब भारतीय किसान यूनियन मानसा अते आजाद किसान संघर्ष कमेटी जो कि पानियां नूं लै के मोर्चा लाउण जा रहियां हन। पंजाब अते हरियाणा दे मुख्यमंत्रियां दी केंद्रीय जल स्रोत मंत्री नाल 4 जनवरी नूं होण वाली मीटिंग दा गंभीर नोटिस लैंदियां सूबा सरकार नूं चेतावनी दित्ती है कि ओह पंजाब दे लोकां दीआं इच्छावां अते उम्मीदां दे उल्ट कोई स्टैंड ना लैण क्योंकि पाणी सूबे दी खेती अते हर पंजाबी दी जीवन रेखा है। ऐतवार तड़के रोहिणी जिले के कांजवाला थाने नूं सूचना मिली सी कि एक सलेटी रंग की बलीनो कार कुतुबड़ वल जा रही है किसी की लाश कार दे हेठा फसी हुई है जिस तों बाद पुलिस हरकत च आई ते मुलजमां नूं फड़ लिया गया। दरअसल दिल्ली के सुल्तानपुरी च एक लड़की की हुई भयानक मौत कारण हर कोई दहशत है। ऐतवार नूं लड़की नूं कार ने कुचलण तों बाद 4 किलोमीटर तक घसीट के लै गई सी जिस तों बाद पुलिस ने 5 नौजवानों को गिरफ्तार किया। अदालत ने 5 मुलजमान मनोज मित्तल दीपक खन्ना अमित खन्ना कृष्ण अते मिथुन 3 दिन के पुलिस रिमांड से भेज दिता। कांजवाला मामले में लैके दिल्ली पुलिस ने अपना बयान जारी किया है। दिल्ली के स्पैशल CP सागर प्रीत हुड्डा ने प्रेस कॉन्फ्रेंस दस्सिया है कि मामले की जांच लई मैडिकल बोर्ड का गठन किया जा रहा। मैडिकल बोर्ड की रिपोर्ट के आधार से मुलजमान खिलाफ अगली कार्रवाई की जाएगी। इस दे नाल ही गड्डी दी फोरेंसिक जांच की जा रही है। कल सुबह कंजावला पुलिस क्षेत्र में एक युवती की लाश का मामला दुखद है। इसमें पुलिस ने विभिन्न धाराओं में केस रजिस्टर किया है और अभी तक की जो तफ्तीश है इन्वेस्टिगेशन के आधार पर 5 अभियुक्तों को गिरफ्तार किया है। इसमें एक मेडिकल बोर्ड कॉन्स्टिट्यूट कराया जा रहा है जिस की रिपोर्ट के आधार पर फर्दर इन्वेस्टिगेशन होगा। इसके साथ साथ जो भी हमारी फॉरेंसिक टीम्स हैं उनका असिस्टेंस लिया जा रहा है और लीगल टीम्स का भी असिस्टेंस लिया जा रहा है। मल्टीपल टीम्स बना दी गई हैं जो इस केस को इन्वेस्टिगेट कर रहे हैं। दिल्ली पुलिस जो विक्टिम है उसके परिवार से लगातार संपर्क में है। जो भी इन्वेस्टिगेशन हो रहा है उसकी उनको पूरी जानकारी दी जा रही है। इसके अलावा जो 5 एक्यूज्ड हैं इनकी 3 दिन की पुलिस कस्टडी मिली है जो फर्दर इन्वेस्टिगेशन करेंगे। उस इन्वेस्टिगेशन के आधार पर जो भी नए तथ्य आएंगे और जो फॉरेंसिक टीम्स और लीगल टीम्स हैं उनके असिस्टेंट्स के बाद जो पुलिस अपना काम है पुलिस इन्वेस्टिगेशन जल्दी से जल्दी कंप्लीट करेगी और उसके बाद कोर्ट में रिपोर्ट चार्जशीट सबमिट करेगी और पूरी हमारे एफर्ट्स रहेंगे। सारी तरह के एविडेंस कलेक्ट किए जाएंगे जो फिजिकल एविडेंस हैं ओरल एविडेंस हैं या जो CCTV बेस्ड जो एविडेंस हैं सारे एविडेंस के आधार पर एविडेंस कलेक्ट करने के बाद हम जो अभियुक्त हैं उनको कड़ी से कड़ी सज़ा दिलवाएंगे। पंजाब विच हुण विजिलेंस अधिकारी जीन्स अते टी-शर्ट नहीं पा सकणगे। सरकार ने दफ्तर विच बैठे अधिकारियों लई इह हुकम जारी किए है। हुण हर रैंक के अधिकारियों नूं रस्मी पहरावे पा के ही दफ्तर विच दाखल होना पवेगा। पंजाब सरकार ने फील्ड विच ड्यूटी कर रहे मुलाजमां अते अधिकारियों नूं ही छोड़ दित्ती है क्योंकि फील्ड ड्यूटी दौरान कई तरह दीआं सावधानियां वरतनियां जरूरी हन। यही कारण है कि राज सरकार दे हुकम दफ्तर विच बैठे मुलाजमां ते अधिकारियों ते ही लागू होणगे। पिछले करीब 4 महीनों तो टेंडर ट्रांसपोर्ट घोटाले में भगौड़े सबका मंत्री भारत भूषण आशू के PA इंदरजीत सिंह इंदी ने अज विजिलेंस ब्यूरो के दफ्तर में आत्म समर्पण कर दिता। जिक्रयोग है कि विजिलेंस वालों इंदरजीत सिंह इंदी नूं भगौड़ा ऐलानण की प्रक्रिया शुरू कर दी गई है। 4 जनवरी नूं इस मामले में अदालत वालों उसनूं भगौड़ा ऐलानिया जाना सी। ये वड्डी गल है कि अदालत में इंदरजीत सिंह की जमानत पटीशन भी खारज हो गई है और उसनूं आत्म समर्पण करन तों इलावा होर कोई रस्ता नहीं नज़र आया। भगवंत मान के हाथ कुछ नहीं। पंजाब विच सरकार जां राघव चड्ढा चला रहा या नवल अग्रवाल जेकर भगवंत मान के हाथ सब कुछ हुंदा तां उह पंजाब विच रह के पंजाब दी बेहतरी लई काम करदा।
ਪੰਜਾਬ ਤੋਂ ਬਾਹਰ ਨਾ ਭੱਜਦਾ ਫਿਰਦਾ ਇਹ ਕਹਿਣਾ ਹੈ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਜੋ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਵਿੱਚ ਭਾਰਤ ਜੋੜੋ ਯਾਤਰਾ ਤਹਿਤ ਮੰਡੀ ਗੋਬਿੰਦਗੜ੍ਹ ਦੇ ਵਪਾਰੀਆਂ ਤੋਂ ਇਲਾਵਾ ਕਾਂਗਰਸੀ ਆਗੂਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ। ਬਾਜਵਾ ਨੇ ਅੱਗੇ ਕਿਹਾ ਹੈ ਕਿ ਆਪ ਸਰਕਾਰ ਨੇ ਜੇਕਰ ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ ਕਰਨੀ ਹੈ ਤਾਂ ਸਾਰੇ ਸਾਬਕਾ ਮੁੱਖ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਉਜਾਗਰ ਕਰੇ। 11 ਰਾਤ ਰਾਹੁਲ ਗਾਂਧੀ ਜੀ ਨੇ ਫਤਿਹਗੜ੍ਹ ਸਾਹਿਬ ਪਹੁੰਚ ਜਾਣਾ ਆਪਣੇ ਸਾਥੀਆਂ ਸਮੇਤ। 12 ਨੂੰ ਸਵੇਰ ਦੇ ਟਾਈਮ ਅਸੀਂ ਛੋਟੇ ਸਾਹਿਬਜ਼ਾਦਿਆਂ ਦੇ ਫਤਿਹਗੜ੍ਹ ਸਾਹਿਬ ਦੇ ਵਿੱਚ ਅਕੀਦਤ ਪੇਸ਼ ਕਰਨ ਵਾਸਤੇ, ਮੱਥਾ ਟੇਕਣ ਵਾਸਤੇ, ਉਹਨਾਂ ਦੀ ਮਹਾਨ ਕੁਰਬਾਨੀਆਂ ਨੂੰ ਯਾਦ ਕਰਨ ਵਾਸਤੇ ਉੱਥੇ ਮੱਥਾ ਵੀ ਟੇਕਣਾ। ਕੁਛ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਨਕਮਸਤਕ ਹੋਣ ਤੋਂ ਬਾਅਦ ਫਿਰ ਇਹ ਯਾਤਰਾ ਜਿਹੜੀ ਹੈ ਤਕਰੀਬਨ 7 ਵਜੇ ਨਾਲ ਚੱਲੇਗੀ, 7:30 ਵਜੇ ਨਾਲ। ਅਤੇ ਗੋਬਿੰਦਗੜ੍ਹ ਸ਼ਹਿਰ ਜਿਹੜਾ ਤੁਹਾਡਾ, ਇੱਥੇ ਤਕਰੀਬਨ 9:15 ਵਜੇ ਇਹ ਪਹੁੰਚ ਜਾਏਗੀ, ਜਿਹਦੇ ਤਕਰੀਬਨ ਅਸੀਂ 25 ਕਿਲੋਮੀਟਰ ਐਵਰੇਜ ਕੱਢੀ, ਸਵੇਰੇ 15 ਕਿਲੋਮੀਟਰ, ਉਸ ਤੋਂ ਬਾਅਦ ਸ਼ਾਮ ਨੂੰ 10 ਕਿਲੋਮੀਟਰ। ਸੋ ਇੱਥੇ ਉਹ ਰੁਕਣਗੇ। ਉਹਦੇ ਵਿੱਚ ਇੱਥੋਂ ਦੇ ਜਿਹੜੇ ਵੱਡੇ ਸਾਰੇ ਕਾਰਖਾਨੇਦਾਰ ਨੇ ਉਹ ਆਪਣੀ ਗੱਲ ਰੱਖ ਸਕਦੇ ਨੇ, ਆਪਣੀਆਂ ਡਿਮਾਂਡਸ ਰੱਖ ਸਕਦੇ ਨੇ, ਆਪਣੀਆਂ ਪਰੇਸ਼ਾਨੀਆਂ ਦੱਸ ਸਕਦੇ ਨੇ। ਇੱਕ ਤਾਂ ਉਹ ਹੋਏਗਾ, ਹੋਰ ਵੀ ਸਾਥੀਆਂ ਨਾਲ ਮੁਲਾਕਾਤ ਉਹਨਾਂ ਦੀ ਹੋਏਗੀ। 30 ਨੂੰ ਫਾਈਨਲੀ 30 ਜਨਵਰੀ ਵਾਲੇ ਦਿਨ ਲਾਲ ਚੌਂਕ ਜਿਹੜਾ ਸ੍ਰੀਨਗਰ, ਉੱਥੇ ਨੈਸ਼ਨਲ ਫਲੈਗ ਜਿਹੜਾ ਹਿੰਦੁਸਤਾਨ ਦਾ ਝੰਡਾ ਉਹਨੂੰ ਲਹਿਰਾਉਣਗੇ, ਉਹਨੂੰ ਸਲੂਟ ਕਰਨਗੇ, ਅਤੇ ਸਾਰੀ ਉੱਥੇ ਸਾਰੀ ਜਿਹੜੀ ਇਹਨਾਂ ਦੀ ਯਾਤਰਾ ਹੈ ਉਹ ਕਲਮੀਨੇਟ ਕਰੇਗੀ, ਜਿਹੜੀ 7 ਸਪਟੈਂਬਰ ਤੋਂ 3750 ਕਿਲੋਮੀਟਰ ਸਫ਼ਰ ਕਰਦੀ ਹੈ, ਤਕਰੀਬਨ 5 ਮਹੀਨਿਆਂ ਤੋਂ ਜ਼ਿਆਦਾ ਉੱਥੇ ਪਹੁੰਚੇਗੀ। ਤੋ ਇੱਕ ਬਹੁਤ ਵੱਡਾ ਹਕੂਲੀਅਨ ਮੈਂ ਸਮਝਣਾ ਇਹ ਟਾਸਕ ਹੈ। ਉਹਦਾ ਬੇਸਿਕ ਮਕਸਦ ਦੇਸ਼ ਨੂੰ ਇਕੱਠਿਆਂ ਕਰਨਾ, ਕੌਮਾਂ ਨੂੰ ਇਕੱਠਿਆਂ ਕਰਨਾ, ਅਤੇ ਸਾਰੇ ਦੇਸ਼ ਦੇ ਵਿੱਚ ਅਮਨ ਅਤੇ ਸ਼ਾਂਤੀ ਦਾ, ਆਪਸੀ ਭਾਈਚਾਰੇ ਦਾ ਸੰਦੇਸ਼ ਦੇ ਕੇ ਜਾਣਾ। ਇਹ ਸੀ ਅੱਜ ਦਾ ਵਿਸ਼ੇਸ਼ ਬੁਲੇਟਿਨ, ਕੱਲ੍ਹ ਨੂੰ ਫਿਰ ਤੋਂ ਹਾਜ਼ਰ ਹੋਵਾਂਗੇ ਇਸ ਸਮੇਂ ਕੱਲ੍ਹ ਦੀਆਂ ਤਾਜ਼ਾ ਖਬਰਾਂ ਦੇ ਨਾਲ। ਅਤੇ ਹੁਣ ਲਈ ਦੋਸਤ ਸਾਨੂੰ ਇਜਾਜ਼ਤ, ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।